ਇਹ ਸੀ ਨਾਨਕ ਦਾ ਸਿੰਘ ਜਿਸ ਦੇ ਵਿੱਚ ਸ੍ਰੀ ਬਾਬਾ ਬਾਲਕ ਨਾਥ ਜੀ ਸ਼ਾਹ ਤਲਾਈਆਂ ਦੇ ਵਿੱਚ ਜਾਂਦੇ ਨੇ ਮਾਤਾ ਰਤਨੋ ਦੇ ਘਰ ਦੇ ਵਿੱਚ ਖੈਰ ਮੰਗਣ ਦੇ ਲਈ। ਸੋ ਮਾਤਾ ਰਤਨੋ ਬਾਬਾ ਜੀ ਨੂੰ ਆਪਣਾ ਪੁੱਤਰ ਬਣਾ ਕੇ ਰੱਖਦੀ ਹੈ, ਸੋ ਉਸਨੂੰ ਆਪਣੀਆਂ ਦੋਵਾਂ ਦੀ ਸੇਵਾ ਸਾਂਭਦੀ ਹੈ। ਇਸੇ ਤਰ੍ਹਾਂ ਆਪਾਂ ਫਿਰ ਨਾਟਕ ਦੇ ਨਾਲ ਜੁੜਨਾ ਹੈ। ਸੋ ਜਿੰਨੀ ਵੀ ਸੰਗਤ ਅੱਜ ਦਾਦਾ ਜੀ ਦੇ ਦਰਬਾਰ ਦੇ ਵਿੱਚ ਜੁੜੀ ਹੈ, ਬੜਾ ਪਿਆਰ ਹੈ, ਬੜਾ ਸਤਿਕਾਰ ਹੈ ਸਾਰੀ ਸੰਗਤ ਦੇ ਵੱਲੋਂ, ਔਰ ਬਹੁਤ ਸਾਰਾ ਪਿਆਰ ਸਾਡੇ ਕੁਝ ਸੇਵਾਦਾਰ ਵੀਰ ਨੇ, ਸੋ ਜਿਹਨਾਂ ਦੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਬਖਸ਼ਿਆ ਗਿਆ। ਸੋ ਸਾਡੇ ਪਵਨ ਜੀ, ਜਸਵਿੰਦਰ ਜੀ, ਔਰ ਪਵਨ ਜੀ, ਔਰ ਕਾਲੂ ਜੀ, ਹੈਰੀ ਜੀ, ਔਰ ਰਾਜਾ ਜੀ, ਅੰਮ੍ਰਿਤ ਜੀ, ਉਹਨਾਂ ਦੇ ਵੱਲੋਂ ਬਹੁਤ ਸਾਰਾ ਪਿਆਰ, ਬਹੁਤ ਸਾਰਾ ਸਤਿਕਾਰ ਬਖਸ਼ਿਆ ਗਿਆ। ਸੋ ਦਾਤਾ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਕਿਉਂਕਿ ਇਹ ਪੂਰੀ ਰਾਤ ਤੋਂ ਸੇਵਾ ਕਰ ਰਹੇ ਨੇ, ਸੋ ਇਹਨਾਂ ਦੇ ਬਹੁਤ ਧੰਨਵਾਦੀ ਆ। ਸੋ ਵੀਰਾਂ ਦੀ ਸੇਵਾ ਰਾਧਾ ਦੀ ਚੜ੍ਹਦੀ ਕਲਾ ਬਖਸ਼ੇ, ਸੋ ਇਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਰੱਖੇ ਕਿ ਮੈਂ ਨੀ ਮਾਤੇ ਮੇਰਾ ਮੁਰਸ਼ਦ ਉੱਚਾ, ਇਹ ਮੈਂ ਨੀ ਮਾਤੇ ਮੇਰਾ ਮੁਰਸ਼ਦ ਉੱਚਾ, ਅਸਾਂ ਉੱਚੀਆਂ ਦੇ ਸੰਗ ਲਾਈ, ਮੈਂ ਸੱਦ ਕੇ ਜਾ ਇਹਨਾਂ ਉੱਚਿਆਂ ਤੇ ਜਿਹਨਾਂ ਨੀਵਿਆਂ ਨਾਲ ਦੇ ਬਾਈ, ਕਿ ਮੈਂ ਸੱਦ ਕੇ ਜਾ ਇਹਨਾਂ ਉੱਚਿਆਂ ਤੇ ਇਹ ਜਿਹਨਾਂ ਨੀਵਿਆਂ ਨਾਲ ਦੇ ਬਾਈ, ਕਿ ਮੈਂ ਮੇਰ ਤੇਰ ਦਾ ਵਿਚਾਰ ਦੂਰ ਕਰ, ਇਹ ਮੈਂ ਮੇਰ ਤੇਰ ਦਾ ਵਿਚਾਰ ਦੂਰ ਕਰ, ਰੱਬਾ ਤੂੰ ਮੇਰੀ ਨਜ਼ਰ ਦਾ ਅੰਧਕਾਰ ਦੂਰ ਕਰ, ਇਹ ਸਭ ਨੂੰ ਸਬੱਲਾ ਰਿਚ ਕੇ ਦੇ, ਇਹ ਸਭ ਨੂੰ ਸਬੱਲਾ ਰਿਚ ਕੇ ਦੇ, ਇਹ ਰੋਟੀ ਦੀ ਖਾਤਰ ਨਾ ਕੋਈ ਪਰਿਵਾਰ ਦੂਰ ਕਰ, ਇਹ ਰੋਟੀ ਦੀ ਖਾਤਰ ਨਾ ਕੋਈ ਪਰਿਵਾਰ ਦੂਰ ਕਰ। ਇਸੇ ਤਰ੍ਹਾਂ ਆਪਾਂ ਫਿਰ ਬਾਬਾ ਜੀ ਦੀ ਲੀਲਾ ਦੇ ਨਾਲ ਜੁੜੀਏ, ਕਿਉਂਕਿ ਇਹ ਲੀਲਾ ਜੇਕਰ ਆਪਾਂ ਪੂਰੀ ਲੀਲਾ ਨੂੰ ਸੁਣਦੇ ਹਾਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ, ਤਾਂ ਹੀ ਆਪਾਂ ਨੂੰ ਸਾਰੀ ਲੀਲਾ ਦਾ, ਸਾਰੀ ਕਥਾ ਦਾ ਸਮਝ ਆਉਣੀ ਹੈ। ਇਸੇ ਤਰ੍ਹਾਂ ਆਪਾਂ ਕੁਝ ਸਮਾਂ ਹੋਰ ਬਾਬਾ ਜੀ ਦੇ ਚਰਨਾਂ ਦੇ ਨਾਲ ਜੁੜਨਾ ਹੈ, ਕਿਉਂਕਿ ਅੱਜ ਦੀ ਇਹ ਘੜੀ ਹੈ ਬੜੀ ਭਾਗਾਂ ਵਾਲੀ ਘੜੀ ਹੈ, ਬੜੀ ਕਰਮਾਂ ਵਾਲੀ ਘੜੀ ਹੈ। ਇਹੋ ਜਿਹੀਆਂ ਘੜੀਆਂ, ਇਹੋ ਜਿਹੇ ਮੌਕੇ ਬੜੇ ਭਾਗਾਂ ਦੇ ਨਾਲ ਨਸੀਬ ਹੁੰਦੇ ਨੇ, ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਘੜੀ ਘੜੀ ਵਿੱਚ ਲੱਖਾਂ ਦਾ ਫਰਕ ਹੁੰਦਾ, ਕਿ ਘੜੀ ਘੜੀ ਵਿੱਚ ਲੱਖਾਂ ਦਾ ਫਰਕ ਹੁੰਦਾ, ਹੋਈਆਂ ਜੱਗ ਤੇ ਬੇਸ਼ੁਮਾਰ ਘੜੀਆਂ, ਇੱਕ ਘੜੀ ਜੋ ਟਾਈਮ ਦਾ ਪਤਾ ਦੱਸੇ, ਇੱਕ ਵਿਕੀਆਂ ਵਿੱਚ ਕੁਮਿਆਰ ਘੜੀਆਂ, ਅੱਜ ਦੀ ਇਸ ਘੜੀ ਸੁਲੱਖਣੀ ਤੋਂ ਵਾਰ ਦੇਵਾਂ ਮੈਂ ਲੱਖ ਹਜ਼ਾਰ ਘੜੀਆਂ, ਇਹ ਵਾਰ ਦੇਵਾਂ ਮੈਂ ਲੱਖ ਹਜ਼ਾਰ ਘੜੀਆਂ। ਆਓ ਫਿਰ ਆਪਾਂ ਬਾਬਾ ਜੀ ਦੇ ਚਰਨਾਂ ਦੇ ਨਾਲ ਜੁੜੀਏ, ਬਾਬਾ ਜੀ ਦੀ ਲੀਲਾ ਦੇ ਨਾਲ ਜੁੜੀਏ, ਇਸੇ ਤਰ੍ਹਾਂ ਫਿਰ ਨਾਟਕ ਦੇ ਨਾਲ ਜੁੜੀਏ। ਸੋ ਕੁਝ ਫਰਮਾਇਸ਼ਾਂ ਨੇ ਸਾਡੇ ਵੀਰਾਂ ਦੀਆਂ, ਅਸੀਂ ਜ਼ਰੂਰ ਪੂਰੀਆਂ ਕਰਾਂਗੇ, ਇੱਕ ਦੋ ਚਿੱਤਰਾਂ ਦੀਆਂ ਐਟਮਾਂ ਦੀਆਂ। ਸੋ ਜਿਸ ਤਰ੍ਹਾਂ ਹੁਕਮ ਹੈ ਉਸੇ ਤਰ੍ਹਾਂ ਆਪਾਂ ਸਾਰਿਆਂ ਨੇ ਅੱਜ ਲੈਣਾ ਹੈ ਦਾਤਾ ਜੀ ਦੇ ਦਰਬਾਰ।
ਦੇਖ ਲਈਏ मेरे भोले नाथ, मेरे भोले नाथ।
Thank you.
ਤੇਰੇ ਸਦਕੇ ਜਾਵਾਂ ਪੁੱਤਾਂ। ਅੱਛਾ
ਗੱਲ ਤੇ ਬਿਲਕੁਲ ਬੱਚੇ ਸਹੀ ਹੈ, ਗੱਲ ਦਾ ਖੁਰ ਹੈ। ਅੱਛਾ ਉਹ ਖੁਰ ਕਿਹਦਾ? ਉਹ ਤੇਰੇ ਸਦਕੇ ਦਾ। ਗੱਲ ਹੈਗੀ ਵੀਰਾ ਇਹਦਾ, ਇਹਦਾ ਮਤਲਬ ਇੱਥੇ ਕੋਈ ਪਾਲੀ ਹੈ ਜਿਹੜਾ ਫਸਲਾਂ ਨੂੰ ਸਾਡਾ ਨੁਕਸਾਨ ਕਰਾਉਂਦਾ, ਠੀਕ ਹੈ? ਪਿਛਲੇ ਸਾਲ ਇਹ ਪਹਿਲਾਂ ਕਈ ਵਾਰੀ ਇਹ ਰੋਜ਼ ਜਦ ਮੈਂ ਕਾਥੀ ਜਾਣਾ। ਅੱਛਾ ਗੱਲ ਸੁਣ ਲੈ, ਲੁਕ ਕੇ ਬੈਠ ਜਾਈਏ, ਠੀਕ ਹੈ? ਪਾਲੀ ਗੋਵਾਂ ਦਾ ਇੱਥੇ ਹੀ ਹੈ, ਜਦ ਖੁਰ ਇੱਥੇ ਲੱਗੋ ਹੈ ਤੇ ਪਸ਼ੂ ਵੀ ਇੱਥੇ ਹੀ ਹੈ, ਠੀਕ ਹੈ? ਗੱਲ ਸੁਣ ਲੈ, ਤੂੰ ਕਿੱਧਰ ਜਾਣਾ? ਗੁਰੂਨੇ ਵਾਲ ਤੂੰ ਚਲੇ ਜਾ, ਅਸੀਂ ਚਲੇ ਜਾਣੇ ਪੌੜਾ ਨੂੰ। ਤੂੰ ਕਿੱਧਰ ਜਾਣਾ? ਅੱਛਾ ਗੱਲ ਸੁਣ, ਮੈਂ ਤਾਂ ਦਵਾਈ ਫਿਰ ਬਹਿ ਜਾ ਲੋਕ। ਉਹ ਮੇਰੀ ਗੱਲ ਸੁਣ, ਉਹ ਮੈਂ ਤਾਂ ਦਵਾਈ ਬੀਜੀ ਸੀਗੀ, ਮੇਰੀ ਦਵਾਈ ਭੰਗ ਕਰਤੀ ਕਿਸੇ ਨੇ। ਕੁੱਕੜ ਛਿੱਤੀ, ਉਹ ਨਿਆਣੇ ਵਿੱਚ ਮੂੰਹਾਂ ਤੇ ਲਾਈ ਗਈ ਆ, ਜਲਦੀ ਆਰਾਮ ਆਉਂਦਾ ਜਲਦੀ। ਅੱਛਾ ਗੱਲ ਸੁਣ ਲਾ ਵੀਰਾ, ਅੱਛਾ ਜਿਹੜੇ ਲੋਕੇ ਬੈਠ ਜਾਓ, ਲੈ ਹੁਣੇ ਪਤਾ ਲੱਗਦਾ ਨਾ। ਲੋਕੇ ਬੈਠ ਜਾਓ, ਇਹਦਾ ਮਤਲਬ ਲੱਗਦਾ ਗਾਈਆਂ ਇੱਥੇ ਹੀ ਆ, ਉੱਚੇ ਇੰਨਾ ਝਾੜੀਆਂ ਵੀ ਹੁੰਦੀਆਂ। ਕੋਈ ਨੀ ਨਿਕਲਦਾ, ਚਾਹੁੰਦਾ ਮਗਰ ਬੜਾ ਹੈ, ਤੂੰ ਕੰਮਾਂ ਤੇ ਧਿਆਨ ਨਹੀਂ ਦਿੰਦੇ, ਕੀ ਕਰਦੇ ਕੀ ਨਹੀਂ ਕਰਦੇ। ਗਾਣੇ ਬੋਲਣੇ ਸਾਂਭਦੇ ਨਹੀਂ ਹੁੰਦੇ ਆ ਦਾ, ਕੀ ਬਾਤ ਹੈ, ਐਦਾਂ ਹੁੰਦੀ ਹੈ। ਸਤਿ ਸ੍ਰੀ ਅਕਾਲ ਕਰਤੀ ਉਹਨਾਂ ਨੇ, ਏ ਰਾਮਾ ਜੀ ਮਹਾਤਮਾ ਤੇ ਕੱਲ ਚਲੇ ਗਏ, ਆ ਗਏ ਗਾਈਆਂ, ਆ ਦੇਖ ਲਾ ਵੀਰਾ, ਕੱਲੀ ਗਾਂ ਹੀ ਆ ਦੇਖਿਆ, ਸਾਡੀਆਂ ਫਸਲਾਂ ਖਾ ਖਾ ਕੇ ਦੇਖ ਕਿੱਦਾਂ ਪਲੀ ਪਈ ਹੈ, ਚੱਡਾ ਦੇਖ ਧਰਤੀਆਂ ਨਾਲ ਲੱਗਾ ਹੈ, ਠੀਕ ਹੈ? ਪਲੀ ਹੋ ਗਈ ਪਈ, ਪਲੀ ਹੋ ਗਈ ਪਈ। ਉਹ ਵੀਰਾ ਗੱਲ ਸੁਣ ਲੈ, ਪਲੀ ਹੋ ਗਈ ਪਈ, ਗੱਲ ਸੁਣ ਲੈ, ਪਲੀ ਹੋ ਗਈ ਪਈ, ਸੁਣ ਵਾਲੀ ਸੁਣ ਵਾਲੀ ਸੁਣ ਵਾਲੀ ਸੁਣ ਵਾਲੀ ਵੀਰਾ ਗਾਂ ਇੱਦਾਂ, ਗੱਲ ਸੁਣ ਲੈ, ਇਹ ਗਾਂ ਮੈਨੂੰ ਫੜ ਦੇ। ਅੱਛਾ ਸਦਾਈਆ, ਮੇਰੇ ਘਰ ਦੁੱਧ ਹੈ, ਮੇਰੇ ਘਰ ਦੁੱਧ ਹੈ ਨੇ, ਇਹ ਗਾਂ ਮੈਨੂੰ ਫੜ ਦੇ, ਦੁੱਧ 5-6 ਮਹੀਨੇ ਹੋ ਗਏ ਮੇਰੇ ਘਰ ਦੁੱਧ ਹੈ। ਤੈਨੂੰ ਤੇਰਾ ਇਹ ਚਾਹੀਦਾ, ਅੱਗੇ ਦੁੱਧ ਟੀਕਾ ਲਵਾ ਦੇਣਾ ਮਾਮਾ। ਗੱਲ ਸੁਣ, ਜਿਹੜਾ ਜਿਹਨੇ ਗਾਂ ਫੜ ਲਈ ਗਾਂ ਉਹਦੀ ਹੈ, ਜਿਹਨੇ ਗਾਂ ਫੜ ਲਈ ਗਾਂ ਉਹਦੀ ਹੈ। ਮੈਂ ਫੜ ਲਾ ਪੇੜਾ ਪਾਈਏ, ਮਤਲਬ ਵੰਡ ਪਾਈਏ, ਲੈ ਪੇੜਾ ਲੈ, ਆਪਦੇ ਪੇੜੇ ਦਾ ਨਾਂ ਸੁਣ ਕੇ ਦੇ ਗਾਂ ਦੇ ਕਿੱਦਾਂ ਦੌੜੀ ਆਉਂਦੀ ਹੈ। ਯਾਰ ਪੇੜਾ ਪਾਉਣਾ ਵੀਰਾ, ਗੱਲ ਗੱਜ ਪਾਲਣਾ ਦੱਸਿਆ, ਜਾਣਾ ਕਿੱਥੇ ਆ? ਇਹ ਰੋਜ਼ ਦਾ ਜਾਬਾ ਚਮਕਾ ਕੇ ਜਾਣਾ, ਸਾਡੀਆਂ ਫਸਲਾਂ ਰੋਜ਼ ਦੇ ਧੱਕਾ ਖਾ ਕੇ ਕਿੱਦਾਂ ਪਈਆਂ ਹੈ। ਚੱਲ ਵੀਰਾ ਮੇਰੀ ਗੱਲ ਸੁਣ, ਗੱਲ ਨੂੰ ਪਾਲਣਾ ਦੱਸਿਆ, ਇਹ ਜਾਣਾ ਕਿੱਥੇ ਆ? ਥੋੜੇ ਦੇਰ ਤੱਕ ਗੱਲ ਸੁਣ, ਗੱਲ ਸੁਣ, ਉਹ ਜਿੱਤਾਂ ਵਾਲੀ ਬਣ ਕੇ ਰੱਖ ਥੋੜੀ ਦੇਰ, ਪਾਪਾ ਤੂੰ ਪੇੜਾ ਪਤਾ ਨਹੀਂ ਕੀ ਹੋਇਆ, ਕੀ ਹੋਇਆ? ਉਹ ਤੇਰੇ ਸਿੰਘ ਮਾਰਿਆ, ਤੇਰੇ ਸਿੰਘ ਮਾਰਿਆ ਪਾਪਾ, ਸਿੰਘ ਪਤਾ ਕਿਉਂ ਮਾਰਿਆ? ਉਹ ਗੱਲ ਸੁਣ ਲੈ, ਸਿੰਘ ਤੇਰੇ ਪਤਾ ਕਿਉਂ ਮਾਰਿਆ? ਤੂੰ ਹੋ ਗਿਆ ਹੁਣ ਬੁੱਢਾ, ਠੀਕ ਹੈ? ਦੱਸਿਆ ਟਿੱਡਿਆ, ਇਹ ਭਰਾ ਦੇ ਹੁਣ ਮੂੰਹ ਤੇ ਪੈ ਗਈ ਚੁਰੜੀਆਂ, ਠੀਕ ਹੈ? ਗਾਂ ਨੇ ਇਹਦੇ ਮਾਰੇ ਦੱਸ ਸਿੰਘ, ਠੀਕ ਹੈ? ਆਹੋ ਆਹੋ
ਅੱਛਾ ਹਾਂ ਪਾਪਾ ਪਿਛੇ ਖੁੱਲੀਆਂ ਪਾ ਪਿਛੇ ਖੁੱਲੀਆਂ ਪਿਛੇ ਨੂੰ ਕਰਨੀ ਪਾ ਬਿਲਕੁਲ ਹਾਂ ਪਿਛੇ ਖੁੱਲੀਆਂ ਅੱਛਾ ਜਿੰਨੇ ਗਾ ਰੌਲੀ ਨਾ ਪਾਈ ਗਾ ਦੇ ਠੀਕ ਹੈ ਇਹ ਪੇੜਾ ਮੈਨੂੰ ਬੜਾ ਪਾਪਾ ਪਿਛੇ ਖੁੱਲੇ ਲੈ ਪੇੜਾ ਲੈ ਲੈ ਪੇੜਾ ਲੈ ਪੇੜਾ ਪਿਛੇ ਨੂੰ ਕਰਕੇ ਆ ਦੇ ਗਾ ਡੋੜੀ ਹੁੰਦੀ ਹੈ ਜਾਂ ਸਿੱਧੀ ਹੋ ਜਾਂਦੀ ਹੈ ਹਾਂ ਪਾਲੀ ਚੜਨਾ ਨਾ ਉਹਦੀਆਂ ਗਾਣੀਆਂ ਚੜਨੀਆਂ ਚਲੋ ਠੀਕ ਹੈ ਪਾਪਾ ਪਾਲ ਲੈ ਪਿਛੇ ਬਾਰੇ ਹੋ ਬਾਤ ਤੁਹਾਡੇ